ਜਿਸ ਦਿਨ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ ਗ੍ਰੈਜੂਏਟ ਹੋ ਗਿਆ, ਮੈਂ ਉਸ ਦਿਨ ਵੀ ਰੋਈ ਸੀ। ਜਿਸ ਦਿਨ ਉਹ ਸਿਲੈਕਟ ਹੋਇਆ ਸੀ ਉਸ ਦਿਨ ਵੀ ਮੈਂ ਰੋਂਦੀ ਹਾਂ। ਅਤੇ ਮੇਰੇ ਸਰੀਰ ਦਾ ਅੰਗ ਹੈ ਜਿਹੜਾ ਇੰਨੀ ਦੂਰ ਹੈ, ਅਤੇ ਬਹੁਤ ਗੁੱਡ ਮੂਮੈਂਟਸ ਬਹੁਤ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਉਹਦੇ ਨਾਲ ਸ਼ੇਅਰ ਕਰਨੀਆਂ ਸੀ। ਸਾਡੇ ਫੈਮਿਲੀ 'ਚ ਇਹੋ ਜਿਹੇ ਇੰਨੇ ਫੰਕਸ਼ਨ ਆਏ ਜਿਹੜੇ ਉਹਨੇ ਮਿਸ ਕੀਤੇ ਆ। ਮੈਂ ਉੱਥੇ ਜਾ ਕੇ ਆਈ ਹਾਂ, ਦੇਖ ਕੇ ਮੈਨੂੰ ਬੜਾ ਮਤਲਬ ਮਹਿਸੂਸ ਹੁੰਦਾ ਕਿ ਇੱਥੇ ਬਹੁਤ ਜ਼ਿਆਦਾ ਸਟਰਗਲ ਹੈ। ਇੰਨਾ ਸਟਰਗਲ ਸਾਡੇ ਇੰਡੀਆ ਦੇ ਬੱਚੇ ਨਹੀਂ ਕਰਦੇ। ਬੜੀ ਪ੍ਰਾਊਡ ਦੀ ਗੱਲ ਹੈ, ਅੱਜ ਤੱਕ ਸਾਡੇ ਘਰ 'ਚ ਕੋਈ ਵੀ ਮੀਡੀਆ ਨਹੀਂ ਆਇਆ। ਕੋਈ ਇਹ ਨਹੀਂ ਕਿ 90% ਮਾਰਕਸ ਲੈਣ ਵਾਲਾ ਬੱਚਾ ਸੀ, ਪਰ ਮਿਹਨਤੀ ਬਹੁਤ ਸੀ ਅਤੇ ਇੱਕ ਇਮਾਨਦਾਰ ਬਹੁਤ। ਇਹ ਮੈਨੂੰ ਬਾਰ ਬਾਰ ਕਹਿੰਦਾ ਸੀਗਾ ਕਿ ਮੈਨੂੰ ਇੱਥੇ ਡਰ ਲੱਗਦਾ ਇੱਥੇ, ਪਰ ਮੈਨੂੰ ਇਹ ਲੱਗਦਾ ਸੀ ਕਿ ਇਹਨੇ ਗ੍ਰੈਜੂਏਟ ਹੋ ਜਾਣਾ, ਇਹਨੇ ਕਰ ਲੈਣਾ। ਸਡਨਲੀ ਇਹ ਡਿਸੀਜ਼ਨ ਦਿੱਤਾ ਕਿ ਮੈਂ ਬਾਹਰ ਜਾ ਕੇ ਫਰਦਰ ਸਟੱਡੀ ਕਰਨੀ ਹੈ, ਪਰ ਅਸੀਂ ਇਹਨੂੰ ਰੋਕਿਆ ਨਹੀਂ। ਅਸੀਂ ਕਿਹਾ ਠੀਕ ਹੈ, ਉੱਥੇ ਸਟਰਗਲ ਬੜਾ ਹੈ, ਕਹਿੰਦਾ ਮੈਂ ਕਰੂੰਗਾ, ਮੈਂ ਜਾਣਾ। ਅਸੀਂ ਕਿਹਾ ਠੀਕ ਹੈ, ਅਸੀਂ ਓਕੇ ਸੀ। ਬੜਾ ਪ੍ਰਾਊਡ ਫੀਲ ਹੋਇਆ ਉਹਨੂੰ ਦੇਖ ਕੇ, ਲੱਗਾ ਕਿ ਸ਼ਾਇਦ ਮੈਂ ਵੀ ਕੁਛ ਕਰੂੰਗੀ ਉਹਨੂੰ ਦੇਖ ਕੇ। ਅਕਸਰ ਪੰਜਾਬੀ ਨੌਜਵਾਨਾਂ ਨੇ ਭਾਰਤ ਹੀ ਨਹੀਂ ਬਲਕਿ ਵਿਦੇਸ਼ ਦੀ ਧਰਤੀ 'ਤੇ ਵੀ ਦੇਸ਼ ਭਾਰਤ ਦਾ ਨਾਮ ਰੋਸ਼ਨ ਕੀਤਾ। ਉੱਥੇ ਹੀ ਇੱਕ ਤਾਜ਼ੀ ਮਿਸਾਲ ਆਈ ਹੈ, ਤਲਵਾੜਾ ਸ਼ਹਿਰ ਜੋ ਕਿ ਹੁਸ਼ਿਆਰਪੁਰ ਜ਼ਿਲ੍ਹਾ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ, ਔਰ ਤਲਵਾੜਾ ਸ਼ਹਿਰ ਦਾ ਨੌਜਵਾਨ ਮੀਤਪਾਲ ਜੋ ਕਿ ਕੈਨੇਡਾ ਵਿੱਚ ਇੱਕ ਅਧਿਕਾਰੀ ਬਣਿਆ ਪੁਲਿਸ ਵਿੱਚ, ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਸਾਡੇ ਨਾਲ ਉਹਨਾਂ ਦੇ ਪੂਰਾ ਪਰਿਵਾਰ ਮੌਜੂਦ ਹੈ। ਗੱਲਬਾਤ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਇਹ ਸਫ਼ਰ ਰਿਹਾ ਉਸ ਨੌਜਵਾਨ ਦਾ। ਸਰ, ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਹੈ ਸਾਡੀ ਨਿਊਜ਼ 18 ਦੀ ਟੀਮ ਵੱਲੋਂ ਕਿ ਤੁਹਾਡੇ ਬੇਟੇ ਨੇ ਇੱਕ ਐਡੀ ਉਪਲਬਧੀ ਹਾਸਲ ਕੀਤੀ ਹੈ। ਮੀਤਪਾਲ ਦੇ ਬਣਨ ਨਾਲ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਕਿ ਅਫਸਰ ਬਣਿਆ, ਅਤੇ ਬਹੁਤ ਖੁਸ਼ੀ ਹੋਈ ਹੈ। ਸਰ, ਬੇਟਾ ਕਦੋਂ ਬਾਹਰ ਗਿਆ ਸੀਗਾ, ਔਰ ਕਿਸ ਤਰ੍ਹਾਂ ਮਤਲਬ ਕਿ ਪਹਿਲੀ ਮੁੱਢਲੀ ਜਿਹੜੀ ਸ਼ਿਕਸ਼ਾ ਉਹਨੇ ਹਾਸਲ ਕੀਤੀ ਕਿੱਥੋਂ ਕੀਤੀ ਸੀ? ਪਹਿਲੇ ਉਹਨੇ DAV ਪੜ੍ਹਿਆ 10th ਤੱਕ, ਅਤੇ ਉਸ ਤੋਂ ਕੈਂਬਰਿਜ ਪਲੱਸ 2 ਤੱਕ ਕੈਂਬਰਿਜ ਦਸੂਏ ਪੜ੍ਹਿਆ। ਅਤੇ ਉਸ ਤੋਂ ਬਾਅਦ ਕਿਹੜੇ ਸਾਲ 'ਚ ਕੈਨੇਡਾ ਗਿਆ ਸੀਗਾ? ਉਹ 17 ਵਿੱਚ ਕੈਨੇਡਾ ਗਿਆ ਸੀਗਾ। ਔਰ ਕਦੋਂ ਤੁਹਾਨੂੰ ਪਤਾ ਲੱਗਾ ਕਿ ਬੇਟੇ ਇੱਕ ਅਧਿਕਾਰੀ ਬਣ ਗਿਆ ਪੁਲਿਸ ਵਿੱਚ? 14 April ਨੂੰ। ਸਾਡੇ ਨਾਲ ਮੀਤਪਾਲ ਦੀ ਮਦਰ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ। ਭੈਣ ਜੀ, ਜਦੋਂ ਪਤਾ ਲੱਗਦਾ ਕਿ ਬੇਟਾ ਅਫਸਰ ਬਣ ਜਾਂਦਾ, ਫਸਟ ਆਫ ਆਲ ਕੀ ਰਿਐਕਸ਼ਨ ਸੀਗਾ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ? ਬੜਾ ਗੁੱਡ ਰਿਐਕਸ਼ਨ ਸੀਗਾ, ਬੜਾ ਪ੍ਰਾਊਡ ਫੀਲ ਹੁੰਦਾ। ਤੁਹਾਨੂੰ ਸਾਰਿਆਂ ਨੂੰ ਆਪਣੇ ਘਰ ਦੇਖ ਕੇ ਜ਼ਿਆਦਾ ਖੁਸ਼ੀ ਹੁੰਦੀ ਹੈ, ਇੱਦਾਂ ਲੱਗਦਾ ਕਿ ਬਹੁਤ ਕੁਝ ਜ਼ਿਆਦਾ ਹੀ ਵੱਡੀ ਅਚੀਵਮੈਂਟ ਆ ਉਹਦੀ, ਕਿ ਇੰਨੇ ਲੋਕ ਸਾਡੇ ਘਰ ਬੈਸਟ ਵਿਸ਼ਿਸ ਦੇਣ ਲਾਉਂਦੇ ਪਏ ਆ ਅਤੇ ਸਾਡੀ ਇੰਟਰਵਿਊ ਲੈ ਰਹੇ ਆ। ਇਹ ਮਤਲਬ ਬੜੀ ਪ੍ਰਾਊਡ ਦੀ ਗੱਲ ਹੈ, ਅੱਜ ਤੱਕ ਸਾਡੇ ਘਰ 'ਚ ਕੋਈ ਵੀ ਮੀਡੀਆ ਨਹੀਂ ਆਇਆ, ਅਤੇ ਇਹ ਉਹਦੇ ਇਹ ਉਹਦੀ ਇੰਨੀ ਵੱਡੀ ਅਚੀਵਮੈਂਟ ਹੈ ਅਤੇ ਤੁਸੀਂ ਸਾਡੀ ਇੰਟਰਵਿਊ ਲੈ ਰਹੇ ਹੋ। ਭੈਣ ਜੀ, ਇਹ ਦੱਸੋ ਮੀਤਪਾਲ ਕਿਸ ਤਰ੍ਹਾਂ ਦਾ ਬੱਚਾ, ਸ਼ਰਾਰਤੀ ਬਚਪਨ 'ਚ ਕਿਸ ਤਰ੍ਹਾਂ ਸੀਗਾ, ਔਰ ਪੜ੍ਹਾਈ ਵਿੱਚ ਕਿਸ ਤਰ੍ਹਾਂ ਹੈ? ਸ਼ਰਾਰਤੀ ਬਹੁਤ ਸੀ, ਮਡੋਕਰ ਜਿਹਾ ਬੱਚਾ ਸੀ, ਅਤੇ ਬਸ ਮਡੋਕਰ ਹੀ ਰਿਹਾ ਹੈ। ਅਤੇ ਕੋਈ ਇਹ ਨਹੀਂ ਕਿ 90% ਮਾਰਕਸ ਲੈਣ ਵਾਲਾ ਬੱਚਾ ਸੀ, ਪਰ ਮਿਹਨਤੀ ਬਹੁਤ ਸੀ ਅਤੇ ਇੱਕ ਇਮਾਨਦਾਰ ਬਹੁਤ ਹੈ, ਅਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨੇ।
ਅਤੇ ਜਦੋਂ ਤੁਹਾਨੂੰ ਫੋਨ ਤੋਂ ਉੱਥੋਂ ਦੱਸਿਆ ਉਹਨੇ ਕਿ ਤਾਂ ਮੰਮੀ ਕਿ ਮੈਂ ਇੱਕ ਅਫਸਰ ਬਣ ਗਿਆ, ਉਹ ਵੀ ਕੈਨੇਡਾ ਦੇ ਵਿੱਚ, ਕਿਉਂਕਿ ਸਾਡੇ ਦੇਸ਼ 'ਚ ਵੀ ਇੱਕ ਅਫਸਰ ਬਣਨਾ ਬੜਾ ਵੱਡਾ ਇੱਕ ਵੱਡੀ ਮੁਕਾਮ ਹੈ ਹਾਸਿਲ ਕਰਨਾ, ਪਰ ਜਦੋਂ ਕੈਨੇਡਾ ਦੀ ਵਿਦੇਸ਼ ਦੀ ਧਰਤੀ ਵਿੱਚ ਹੋਵੇ ਇਸ ਤਰ੍ਹਾਂ ਦਾ, ਤਾਂ ਕਿਤੇ ਨਾ ਕਿਤੇ ਪ੍ਰਾਊਡ ਫੀਲ ਹੋ ਜਾਂਦਾ, ਸਾਨੂੰ ਵੀ ਪ੍ਰਾਊਡ ਫੀਲ ਹੋਣ ਲੱਗ ਪੈਂਦਾ ਕਿ ਸਾਡੇ ਦੇਸ਼ ਦਾ ਇੱਕ ਨੌਜਵਾਨ, ਪੰਜਾਬ ਦਾ ਨੌਜਵਾਨ ਗਿਆ, ਅਤੇ ਉਸ ਤਰ੍ਹਾਂ ਕੀ ਰਿਐਕਸ਼ਨ ਸੀ ਉਸ ਵਕਤ ਤੁਹਾਡਾ? ਬੜੀ ਖੁਸ਼ੀ ਦੀ ਗੱਲ ਸੀ ਜਦੋਂ ਉਹਨੇ ਕਿਹਾ ਕਿ ਮੈਂ ਸਿਲੈਕਟ ਹੋ ਗਿਆ, ਅਤੇ ਮੇਰੀ ਨੈਕਸਟ ਡੇ ਗ੍ਰੈਜੂਏਸ਼ਨ ਹੈ ਅਤੇ ਮੇਰਾ ਲਿੰਕ ਹੈ ਅਤੇ ਤੁਸੀਂ ਗ੍ਰੈਜੂਏਸ਼ਨ ਦੇਖੀ, ਤਾਂ ਬੜੀ ਪ੍ਰਾਊਡ ਫੀਲ ਹੁੰਦਾ, ਬੜੀ ਵਧੀਆ ਲੱਗਿਆ। ਪਤਾ ਤਾਂ ਸੀ ਸਾਨੂੰ ਕਿ ਇਹ ਬਹੁਤ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਇਹ ਜਿਹੜਾ ਇਹਦੀ ਇਹ 5 ਮਹੀਨੇ ਦਾ ਇਹਦਾ ਮਤਲਬ ਇਹ ਸੀ ਟ੍ਰੇਨਿੰਗ ਟਾਈਮ ਸੀ, ਬੜਾ ਟਫ ਸੀ। ਅਤੇ ਮੈਨੂੰ ਪਤਾ ਸੀ, ਇਹ ਮੈਨੂੰ ਬਾਰ ਬਾਰ ਕਹਿੰਦਾ ਸੀਗਾ ਕਿ ਮੈਨੂੰ ਇੱਥੇ ਡਰ ਲੱਗਦਾ ਇੱਥੇ, ਪਰ ਮੈਨੂੰ ਇਹ ਲੱਗਦਾ ਸੀ ਕਿ ਇਹਨੇ ਗ੍ਰੈਜੂਏਟ ਹੋ ਜਾਣਾ, ਇਹਨੇ ਕਰ ਲੈਣਾ। ਅੱਛਾ, ਇਹ ਦੱਸੋ ਮੈਨੂੰ ਕਿ ਜਦੋਂ ਉੱਥੇ ਬੇਟਾ ਜਦੋਂ ਸਟਾਰਟਿੰਗ 'ਚ ਬਾਹਰ ਗਿਆ ਸੀਗਾ, ਅਤੇ ਇੱਕ ਕਿਉਂਕਿ ਮਾਂ ਨੂੰ ਹਮੇਸ਼ਾ ਚਿੰਤਾ ਹੁੰਦੀ ਆਪਣੇ ਬੱਚੇ ਦੀ, ਅਤੇ ਉਦੋਂ ਕੀ ਗੱਲਬਾਤ ਤੁਸੀਂ ਪੁੱਛਦੇ ਤਾਂ ਹੋਣੇ ਹੀ ਆ ਬੇਟੇ ਨੂੰ, ਅਤੇ ਉਦੋਂ ਕੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੁਹਾਡੀਆਂ ਜ਼ਿਆਦਾ? ਜਦੋਂ ਇਹਨੇ ਡਿਸੀਜ਼ਨ ਲਿਆ ਕਿ ਮੈਂ ਕੈਨੇਡਾ ਜਾਣਾ, ਅਸੀਂ ਤਾਂ ਇਸ ਚੀਜ਼ ਲਈ ਐਗਰੀ ਨਹੀਂ ਸੀ। ਅਸੀਂ ਤਾਂ ਚਾਹੁੰਦੇ ਸੀ, ਵਾਹਿਗੁਰੂ ਨੇ ਸ਼ੁਕਰ ਹੈ ਸਾਡੇ ਕੋਲ ਇੰਨਾ ਅੱਛਾ ਕਾਰੋਬਾਰ ਹੈ, ਅਸੀਂ ਚਾਹੁੰਦੇ ਸੀ ਕਿ ਇਹ ਸਾਡੇ ਕਾਰੋਬਾਰ ਨੂੰ ਜੁਆਇਨ ਕਰੇ, ਬਟ ਇਹਨੇ ਇੱਕਦਮ ਸਡਨਲੀ ਇਹ ਡਿਸੀਜ਼ਨ ਦਿੱਤਾ ਕਿ ਮੈਂ ਬਾਹਰ ਜਾ ਕੇ ਫਰਦਰ ਸਟੱਡੀ ਕਰਨੀ ਹੈ। ਪਰ ਅਸੀਂ ਇਹਨੂੰ ਰੋਕਿਆ ਨਹੀਂ, ਅਸੀਂ ਕਿਹਾ ਠੀਕ ਹੈ, ਉੱਥੇ ਸਟਰਗਲ ਬੜਾ ਹੈ, ਕਹਿੰਦਾ ਮੈਂ ਕਰੂੰਗਾ, ਮੈਂ ਜਾਣਾ, ਅਤੇ ਅਸੀਂ ਕਿਹਾ ਠੀਕ ਹੈ, ਅਸੀਂ ਓਕੇ ਸੀ, ਭੇਜ ਦਿੱਤਾ। ਸਾਡੇ ਨਾਲ ਮੀਤਪਾਲ ਦੇ ਸਿਸਟਰ ਵੀ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਕਿੱਦਾਂ ਦਾ ਫੀਲ ਕਰਦੇ ਹੋ ਜਦੋਂ ਬ੍ਰਦਰ ਦੀ ਇੱਕ ਐਡੀ ਵੱਡੀ ਅਚੀਵਮੈਂਟ ਹੋਈ ਹੈ, ਤਾਂ ਕੀ ਤੁਹਾਡਾ ਰਿਐਕਸ਼ਨ ਸੀ ਫਸਟ? ਅੱਛਾ ਰਿਐਕਸ਼ਨ ਸੀ, ਬੜਾ ਪ੍ਰਾਊਡ ਫੀਲ ਹੋਇਆ ਉਹਨੂੰ ਦੇਖ ਕੇ, ਲੱਗਾ ਕਿ ਸ਼ਾਇਦ ਮੈਂ ਵੀ ਕੁਝ ਕਰੂੰਗੀ ਉਹਨੂੰ ਦੇਖ ਕੇ। ਅੱਛਾ, ਤੁਸੀਂ ਵੀ ਹੁਣ ਕੀ ਮਨ ਬਣਾਇਆ ਕਿ ਵਿਦੇਸ਼ ਜਾਣਾ? ਨਹੀਂ, ਮੈਂ ਨਹੀਂ ਜਾਣਾ, ਇੱਥੇ ਹੀ ਕਰੂੰਗਾ ਕੁਝ, ਇੱਥੇ ਕਰਨਾ, ਬਾਹਰ ਨਹੀਂ ਜਾਣਾ ਮੈਂ। ਅੱਛਾ, ਤੁਹਾਡੇ ਦੋਨੇ ਭੈਣ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀਗਾ? ਅੱਛਾ ਸੀ, ਘੁੰਮਦੇ ਫਿਰਦੇ ਸੀ, ਫਰੈਂਡਲੀ ਸੀ ਬੜਾ, ਫਿਰ ਜਦੋਂ ਗਿਆ ਸੀ ਬੜਾ ਮਿਸ ਕੀਤਾ ਸੀ। ਫਿਰ ਭੈਣ ਜੀ, ਤੁਹਾਡੇ ਨਾਲ ਮੈਂ ਇੱਕ ਹੋਰ ਗੱਲ ਕਰਨੀ, ਕਿਉਂਕਿ ਅਕਸਰ ਪੰਜਾਬ ਦੇ ਨੌਜਵਾਨ ਜਿਹੜੇ ਆ ਵਿਦੇਸ਼ ਜਾਂਦੇ ਨੇ, ਹੋਰ ਵੀ ਬੜੇ ਬੱਚੇ ਸਟਰਗਲ ਕਰ ਰਹੇ ਨੇ, ਉਹਨਾਂ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਤੁਹਾਡੇ ਦੋਨੋਂ ਹਸਬੈਂਡ ਵਾਈਫ ਵੱਲੋਂ ਦਿਓਗੇ ਕਿ ਜਿਹੜੇ ਬੱਚੇ ਸਟਰਗਲ ਕਰ ਰਹੇ ਨੇ ਵਿਦੇਸ਼ ਦੇ ਵਿੱਚ? ਸਟਰਗਲ ਇਹਦਾ ਵੀ ਬੜਾ ਲੰਬਾ ਸਟਰਗਲ ਸੀ, ਬੜੀ ਲੰਬੀਆਂ ਇਹਦੀਆਂ ਇਹੋ ਜਿਹੀਆਂ ਮੂਮੈਂਟਸ ਸੀਗੀਆਂ ਜਿਹੜੀਆਂ ਅਸੀਂ ਦੇਖੀਆਂ ਨੇ, ਮਤਲਬ ਸਾਡੇ ਲਈ ਔਖਾ ਸੀ। ਮੈਂ ਉੱਥੇ ਜਾ ਕੇ ਆਈ ਹਾਂ, ਦੇਖ ਕੇ ਮੈਨੂੰ ਬੜਾ ਮਤਲਬ ਮਹਿਸੂਸ ਹੁੰਦਾ ਕਿ ਇੱਥੇ ਬਹੁਤ ਜ਼ਿਆਦਾ ਸਟਰਗਲ ਹੈ। ਇੰਨਾ ਸਟਰਗਲ ਸਾਡੇ ਇੰਡੀਆ ਦੇ ਬੱਚੇ ਨਹੀਂ ਕਰਦੇ। ਇੱਕ ਤਾਂ ਬੱਚੇ ਇੰਨੀ ਦੂਰ ਆਪਣੇ ਪੇਰੈਂਟਸ ਤੋਂ ਦੂਰ ਰਹਿੰਦੇ ਆ, ਉੱਪਰੋਂ ਇੰਨੀ ਜ਼ਿਆਦਾ ਸਟਰਗਲ ਕਰਦੇ ਆ, ਮਿਹਨਤ ਕਰਦੇ ਆ, ਪੜ੍ਹਦੇ ਵੀ ਆ, ਜੋਬ ਵੀ ਕਰਦੇ ਆ। ਅਤੇ ਮੀਤ ਨੇ ਡਬਲ ਡਬਲ ਜੋਬ ਕੀਤੀ ਹੋਈ ਆ, ਮੋਰਨਿੰਗ ਵੀ ਕੀਤੀ ਹੋਈ ਆ, ਈਵਨਿੰਗ ਵੀ ਕੀਤੀ ਹੋਈ, ਜਦਕਿ ਉਹਨੂੰ ਫੈਮਿਲੀ ਦਾ ਸਪੋਰਟ ਸੀ। ਅਸੀਂ ਉਹਨੂੰ ਬਹੁਤ ਵਾਰੀ ਕਹਿੰਦੇ ਸੀਗੇ ਕਿ ਤੈਨੂੰ ਮਤਲਬ ਕਿਸੇ ਚੀਜ਼ ਦੀ ਜ਼ਰੂਰਤ ਹੈ ਤੂੰ ਦੱਸ, ਪਰ ਉਹਨੇ ਕਦੀ ਇੱਦਾਂ ਦਾ ਕਿਹਾ ਨਹੀਂ। ਪਰ ਉਹ ਸਟਰਗਲ ਬਹੁਤ ਹੈ, ਬਹੁਤ ਸਟਰਗਲ ਹੈ। ਪਰ ਮੈਂ ਤਾਂ ਇਹ ਗੱਲ ਕਹਿੰਦੀ ਹਾਂ, ਬੱਚਿਆਂ ਦਾ ਮਨ ਹੈ, ਬੱਚੇ ਇੰਡੀਆ 'ਚ ਵੀ ਉਨਾ ਰੇਜ਼ ਕਰ ਸਕਦੇ ਆ, ਜੇ ਬੱਚੇ ਕੈਨੇਡਾ 'ਚ ਜਾ ਕੇ ਇਹ ਪੁਜੀਸ਼ਨ ਹਾਸਲ ਕਰ ਸਕਦੇ ਆ ਤਾਂ ਇੰਡੀਆ 'ਚ ਵੀ ਕਰ ਸਕਦੇ ਆ। ਸਟਰਗਲ ਹਰ ਜਗ੍ਹਾ 'ਤੇ ਹੈ, ਪਰ ਪਤਾ ਨਹੀਂ ਕਿਉਂ ਬੱਚੇ ਇੰਡੀਆ ਦੇ ਇਹ ਸੋਚਦੇ ਆ ਕਿ ਅਸੀਂ ਕੈਨੇਡਾ ਜਾ ਕੇ ਸਟਰਗਲ ਕਰਨਾ, ਇੰਡੀਆ 'ਚ ਨਹੀਂ ਕਰਨਾ। ਇੰਡੀਆ 'ਚ ਵੀ ਰਹਿ ਕੇ ਸਟਰਗਲ ਹੋ ਸਕਦਾ, ਪਰ ਮਿਹਨਤ ਨੇ ਤਾਂ ਬਹੁਤ ਮਿਹਨਤ ਕੀਤੀ ਹੈ। ਭੈਣ ਜੀ, ਜਦੋਂ ਆਪਾਂ ਸਟਰਗਲ ਦੀ ਗੱਲ ਕੀਤੀ, ਆਪਾਂ ਦੇਖਿਆ ਤੁਹਾਡੀਆਂ ਅੱਖਾਂ ਨਮ ਹੋ ਗਈਆਂ ਆਪਣੇ ਬੇਟੀ ਦੀ ਯਾਦ ਵਿੱਚ। ਮੈਂ ਰੋਂਦੀ ਰਹਿੰਦੀ ਹਾਂ। ਮੈਂ ਜਿਸ ਦਿਨ ਉਹਨੇ ਮੈਨੂੰ ਇਹ ਗੱਲ ਕਹੀ ਸੀਗੀ ਮੈਂ ਗ੍ਰੈਜੂਏਟ ਹੋ ਗਿਆ, ਮੈਂ ਉਸ ਦਿਨ ਵੀ ਰੋਈ ਸੀ। ਜਿਸ ਦਿਨ ਉਹ ਸਿਲੈਕਟ ਹੋਇਆ ਸੀ ਉਸ ਦਿਨ ਵੀ ਮੈਂ ਰੋਂਦੀ ਹਾਂ। ਅਤੇ ਮੇਰੇ ਇੱਕ ਮੇਰੇ ਸਰੀਰ ਦਾ ਅੰਗ ਹੈ ਜਿਹੜਾ
ਇੰਨੀ ਦੂਰ ਹੈ ਅਤੇ ਬਹੁਤ ਗੁੱਡ ਮੂਮੈਂਟਸ ਬਹੁਤ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਉਹਦੇ ਨਾਲ ਸ਼ੇਅਰ ਕਰਨੀਆਂ ਸੀ। ਸਾਡੇ ਫੈਮਿਲੀ 'ਚ ਇਹੋ ਜਿਹੇ ਇੰਨੇ ਫੰਕਸ਼ਨ ਆਏ ਜਿਹੜੇ ਉਹਨੇ ਮਿਸ ਕੀਤੇ ਹੈ, ਉਹ ਬਾਬਾ ਜੀ ਨੇ, ਵਾਹਿਗੁਰੂ ਨੇ ਮਤਲਬ ਉਹ ਪੂਰੇ ਕਰ ਦਿੱਤੇ ਹੈ। ਅਸੀਂ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਬਾਬਾ ਜੀ ਨੇ ਸਾਡੀ ਝੋਲੀਆਂ 'ਚ ਖੁਸ਼ੀਆਂ ਪਾਈਆਂ ਨੇ, ਪਰ ਉਹ ਬਹੁਤ ਗੁਰਸਿੱਖ, ਬੜਾ ਰੱਬ ਨੂੰ ਮੰਨਣ ਵਾਲਾ ਬੱਚਾ ਹੈ ਅਤੇ ਬਾਬਾ ਜੀ ਨੇ ਉਹਨੂੰ ਉਹਦਾ ਫਲ ਦਿੱਤਾ। ਬਹੁਤ ਵਧੀਆ ਗੱਲ ਹੈ ਸਰ। ਤੁਸੀਂ ਵੀ ਇੱਕ ਲਾਸਟ ਮੈਸੇਜ ਤੁਹਾਡੇ ਵੱਲੋਂ ਕੀ ਹੈ ਕਿ ਜਿਹੜੇ ਬੱਚੇ ਵਿਦੇਸ਼ 'ਚ ਨੇ ਸਟਰਗਲ ਕਰ ਰਹੇ ਨੇ, ਤੁਹਾਡੇ ਬੇਟੇ ਵਾਂਗੂ ਜਿੱਦਾਂ ਤੁਹਾਡਾ ਬੇਟਾ ਕਾਮਯਾਬ ਹੋਇਆ, ਕੀ ਮੈਸੇਜ ਦਊਂਗੇ ਉਹਨਾਂ ਬੱਚਿਆਂ? ਭਾਵੇਂ ਇੱਥੇ ਹੋਣ ਭਾਵੇਂ ਉੱਥੇ ਹੋਣ, ਮਿਹਨਤ ਕਰਕੇ ਹੀ ਫਲ ਮਿਲਦਾ ਹੈ। ਬਹੁਤ ਇੱਕ ਵਧੀਆ ਸੁਨੇਹਾ ਇਸ ਪਰਿਵਾਰ ਨੇ ਦਿੱਤਾ ਹੈ ਕਿ ਭਾਵੇਂ ਪੰਜਾਬ 'ਚ ਰਹੋ ਚਾਹੇ ਵਿਦੇਸ਼ 'ਚ, ਫਲ ਤਾਂ ਹਮੇਸ਼ਾ ਮਿਹਨਤ ਦਾ ਹੀ ਮਿਲੇਗਾ। ਜੇ ਤੁਸੀਂ ਮਿਹਨਤ ਕਰੋਗੇ ਤਾਂ ਕਾਮਯਾਬੀ ਹੋਵੋਗੇ। ਉੱਥੇ ਹੀ ਮੀਤਪਾਲ ਦੇ ਪਰਿਵਾਰ ਦੀ ਗੱਲ ਕਰੀਏ, ਸਾਧਾਰਨ ਪਰਿਵਾਰ ਹੈ ਔਰ ਵੈਲ ਸੈਟਲਡ ਪਰਿਵਾਰ ਹੈ, ਪਰ ਫਿਰ ਵੀ ਮੀਤਪਾਲ ਦਾ ਚਾਹੁੰਦਾ ਸੀਗਾ ਕਿ ਮੇਰਾ ਫਿਊਚਰ ਮੈਂ ਕੈਨੇਡਾ 'ਚ ਜਾ ਕੇ ਬਣਾਵਾਂ, ਔਰ ਉਸਨੇ ਜੋ ਮੁਕਾਮ ਸਾਧਿਆ ਸੀਗਾ ਉਸਨੂੰ ਪ੍ਰਾਪਤ ਵੀ ਕੀਤਾ ਹੈ, ਔਰ ਇਹ ਵੀ ਇੱਕ ਬੜੀ ਵੱਡੀ ਅਚੀਵਮੈਂਟ ਦੀ ਗੱਲ ਹੈ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।